ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ। ਸਵਾਗਤ ਕਰਦਾ ਹਾਂ ਮੈਂ ਤੁਹਾਡੇ ਆਪਣੇ ਚੈਨਲ PB70 ਸਟੱਡੀ ਦੇ। ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਲੈ ਕੇ ਆਇਆ ਹਾਂ। ਬਿਜਲੀ ਬੋਰਡ ਨਾਲ ਰਿਲੇਟਡ ਮੋਸਟ ਇੰਪੋਰਟੈਂਟ MCQ। ਸੋ ਵੀਡੀਓ ਨੂੰ ਪੂਰੀ ਜ਼ਰੂਰ ਦੇਖੋ। 10 ਕੁਐਸਚਨ ਹਨ ਜੀ। ਮੋਸਟ ਇੰਪੋਰਟੈਂਟ ਕੁਐਸਚਨ ਹਨ ਜੀ। ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ। ਸਭ ਤੋਂ ਪਹਿਲਾ ਕੁਐਸਚਨ ਹੈ ਜੀ। ਮੋਟਰ ਕਨੈਕਸ਼ਨ ਵਿੱਚ ਕਿਹੜਾ ਟੇਪ ਪ੍ਰਯੋਗ ਹੁੰਦਾ ਹੈ? ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਮੋਟਰ ਕਨੈਕਸ਼ਨ ਵਿੱਚ ਕਿਹੜਾ ਟੇਪ ਪ੍ਰਯੋਗ ਹੁੰਦਾ ਹੈ ਇਸ ਦਾ ਰਾਈਟ ਆਨਸਰ ਹੈ ਜੀ ਰਬੜ ਦਾ ਰਬੜ ਰਬੜ ਠੀਕ ਹੈ ਦੋਸਤੋ ਅਗਰ ਨੈਕਸਟ ਕੁਐਸਚਨ ਹੈ ਜੀ ਟਰਾਂਸਫਾਰਮਰ ਦੀ ਬੁਸ਼ਿੰਗ ਕਿਸ ਦੀ ਬਣੀ ਹੁੰਦੀ ਹੈ ਟਰਾਂਸਫਾਰਮਰ ਦੀ ਬੁਸ਼ਿੰਗ ਕਿਸ ਦੀ ਬਣੀ ਹੁੰਦੀ ਹੈ ਇਸ ਦਾ ਰਾਈਟ ਆਨਸਰ ਹੈ ਜੀ ਪੋਰਸਲਿਨ ਦੀ ਠੀਕ ਹੈ ਦੋਸਤੋ ਪੋਰਸਲਿਨ ਟਰਾਸਵਰਦੀ ਬੁਸ਼ਿੰਗ ਪੋਰਸਲਿਨ ਦੀ ਬਣੀ ਹੁੰਦੀ ਹੈ ਅੱਗੇ ਨੈਕਸਟ ਕੁਸਚਨ ਹੈ ਜੀ ਇਲੈਕਟ੍ਰੀਕਲ ਮਸ਼ੀਨਾਂ ਵਿੱਚ ਘੱਟ ਕਰੰਟ ਵਾਲੇ ਕਨੈਕਟਰ ਨੂੰ ਕਿਸ ਨਾਲ ਟੱਕਿਆ ਜਾਂਦਾ ਹੈ ਹਾਂਜੀ ਦੁਬਾਰਤ ਫਿਰ ਮੈਂ ਕੁਆਸਚਨ ਸਪੀਡ ਕਰਦਾ ਹਾਂ ਇਲੈਕਟ੍ਰੀਕਲ ਮਸ਼ੀਨਾਂ ਵਿੱਚ ਘਟ ਕਰੰਟ ਕਰਨ ਵਾਲੇ ਕੰਡਕਟਰ ਨੂੰ ਕਿਸ ਨਾਲ ਟੱਕਿਆ ਜਾਂਦਾ ਹੈ ਜੱਕੇ ਨਾਲ ਟੱਕਿਆ ਹੁੰਦਾ ਹੈ ਇਸ ਦਾ ਰਾਈਟ ਆਨਸਰ ਹੈ ਜੀ ਮੀਨਾ ਮੀਨਾ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਹੈ ਜੀ ਡੈਸ਼ ਕੇਬਲ ਇਨਸੂਲੇਸ਼ਨ ਦੇ ਲਈ ਕਾਰਜਕਾਰ ਕਰਜਰਤ ਹੈ ਹਾਂਜੀ ਇਸ ਦਾ ਰਾਈਟ ਆਨਸਰ ਬਣੇਗਾ ਜੀ ਪੀ ਵੀ ਸੀ ਕੇਬਲ ਇਨਸੂਲੇਸ਼ਨ ਦੇ ਲਈ ਕਾਰਜਗਾਰਤ ਹੈ ਪੀ ਵੀ ਸੀ ਠੀਕ ਹੈ ਦੋਸਤੋ ਅਗਰ ਨੈਕਸਟ ਕੁਸਚਨ ਹੈ ਜੀ ਕਮੂਲੇਟਰ ਵਿੱਚ ਕਿਹੜੀ ਇਨਸੂਲੇਸ਼ਨ ਦਾ ਹੁੰਦਾ ਹੈ ਹਾਂਜੀ ਦੁਬਾਰਤੋਂ ਫਿਰ ਮੈਂ ਕੁਐਸਚਨ ਨੂੰ ਰਿਪੀਟ ਕਰਦਾ ਹਾਂ ਕਮੂ ਟੇਟਰ ਕਮੂਲੇਟਰ ਤੇ ਆ ਰਣੀ ਸੀਗੀ ਕਮੂਲੇਟਰ ਵਿੱਚ ਕਿਹੜੀ ਇਨਸੂਲੇਸ਼ਨ ਦਾ ਹੁੰਦਾ ਹੈ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਮਾਇਕਾ ਠੀਕ ਹੈ ਦੋਸਤੋ ਅਗੇ ਨੈਕਸਟ ਕੁਸਚਨ ਹੈ ਜੀ ਸਭ ਤੋਂ ਜ਼ਿਆਦਾ ਇਲੈਕਟ੍ਰਿਕ ਕੰਡਕਟਰ ਦੇ ਰੂਪ ਵਿੱਚ ਪ੍ਰਯੋਗ ਹੋਣ ਵਾਲੇ ਚਾਲਕ ਦਾ ਨਾਮ ਦੱਸੋ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਕਾਪਰ ਠੀਕ ਹੈ ਦੋਸਤੋ ਅੱਗੇ ਨੈਕਸਟ ਕੁਸ਼ਨ ਦੀ ਗੱਲ ਕਰੀਏ ਜੀ ਕਿਸੇ ਠੋਸ ਪਦਾਰਥ ਜਾਂ ਵਿਸਵਾਹਕ ਚਾਲਕ ਤੇ ਸਕਰੀਨ ਸੈਤ ਜਾਂ ਵਹੀਣ ਠੋਸ ਦਬਾਉ ਲਗਾਇਆ ਜਾਂਦਾ ਹੈ ਜਿਸ ਨੂੰ ਡੈਸ਼ ਕਿਹਾ ਜਾਂਦਾ ਹੈ most important question ਹੈ ਜੀ ਦੁਬਾਰਾ ਤੋਂ ਫਿਰ ਰਿਪੀਟ ਕਰਦਾ ਹਾਂ ਕਿਸੇ ਠੋਸ ਪਦਾਰਥ ਜਾਂ ਵਿਸਵਾਹਕ ਚਾਲਕ ਤੇ ਸਕ੍ਰੀਨ ਸਹਿਤ ਜਾਂ ਵਿਹੀਨ ਠੋਸ ਦਬਾਉ ਲਗਾਇਆ ਜਾਂਦਾ ਹੈ ਜਿਸ ਨੂੰ ਤਾਰ ਕਿਹਾ ਜਾਂਦਾ ਹੈ ਇਸ ਦਾ ਰਾਈਟ ਆਨਸਰ ਹੈ ਜੀ ਤਾਰ ਤਾਰ ਕਿਹਾ ਜਾਂਦਾ ਹੈ ਠੀਕ ਹੈ ਦੋਸਤੋ ਇਹ ਮੋਸਟ ਇੰਪੋਰਟੈਂਟ ਕੁਸਚਨ ਹੈ ਜੀ ਆਈਟੀਆਈ ਦਾ ਪੇਪਰ 2015 ਵਿੱਚ ਇਲੈਕਟ੍ਰਿਸਿਨ ਦਾ ਹੋਇਆ ਸੀਗਾ ਉਸ ਦੇ ਵਿੱਚ ਕੁਐਸਚਨ ਆਇਆ ਸੀਗਾ ਅੱਗੇ ਨੈਕਸਟ ਕੁਐਸਚਨ ਹੈ ਜੀ ਕਿਹੜਾ ਇੱਕ ਬਿਜਲਈ ਚਾਲਕ ਪਦਾਰਥ ਨਹੀਂ ਹੈ ਕਿਹੜਾ ਇੱਕ ਬਿਜਲਈ ਚਾਲਕ ਪਦਾਰਥ ਨਹੀਂ ਹੈ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਕੱਚ ਠੀਕ ਹੈ ਦੋਸਤੋ ਕੱਚ ਚਾਹ ਕ ਬਿਜਲਈ ਚਾਲਕ ਪਦਾਰਥ ਨਹੀਂ ਹੈ ਗੁਡ ਨੈਕਸਟ ਕੁਸਚਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਚਾਲਕ ਨਹੀਂ ਹੈ ਹਾਂ ਜੀ ਮੋਸਟ ਇੰਪੋਰਟੈਂਟ ਕੁਸਚਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਚਾਲਕ ਨਹੀਂ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਪੀਵੀਸੀ ਪੀਵੀਸੀ ਠੀਕ ਹੈ ਦੋਸਤੋ ਅਗੇ ਨੈਕਸਟ ਕੁਸਚਨ ਹੈ ਜੀ ਜੋੜ ਤੇ ਸੋਲਡਰਿੰਗ ਕਿਉਂ ਕੀਤਾ ਜਾਂਦਾ ਹੈ ਜੋੜ ਤੇ ਸੋਲਡਰਿੰਗ ਕਿਉਂ ਕੀਤਾ ਜਾਂਦਾ ਹੈ ਇਸ ਦਾ ਰਾਈਟ ਆਨਸਰ ਹੈ ਜੀ ਚਾਲਕਾ ਚਾਲਕਤਾ ਵਧਾਉਣ ਦੇ ਲਈ ਚਾਲਕਤਾ ਵਧਾਉਣ ਦੇ ਲਈ ਅਗੇ ਨੈਕਸਟ ਕੁਸਚਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਨਸਵਾਹਕ ਨਹੀਂ ਹੈ ਹਾਂਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਨਸਵਾਹਕ ਨਹੀਂ ਹੈ ਇਸ ਦਾ ਰਾਈਟ ਆਨਸਰ ਹੈ ਜੀ ਤਾਂਬਾ ਤਾਂ ਬਾਠ ਠੀਕ ਹੈ ਦੋਸਤੋ ਸੋ ਇਸ ਦਿਨ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਜਰੂਰ ਦੱਸ ਦੇਣਾ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਕਿ ਜੀ ਸੋ ਮਿਲਦੇ ਆ ਜੀ ਨੈਕਸਟ ਵੀਡੀਓ ਚ ਥੈਂਕ ਯੂ ਵੈਰੀ ਮਚ